ਜਿੱਥੇ 2 ਦਿਨਾਂ ਦੀ ਬਾਰਿਸ਼ ਤੋਂ ਬਾਅਦ ਪੰਜਾਬ ਭਰ ਵਿੱਚ ਕੋਹਰਾ ਛਾਇਆ ਹੋਇਆ ਹੈ, ਉੱਥੇ ਹੀ ਫਿਰੋਜ਼ਪੁਰ 'ਚ ਵੀ ਘਨੇ ਕੋਹਰੇ ਦੀ ਚਾਦਰ ਛਾਈ ਹੋਈ ਹੈ, ਜਿਸ ਦੇ ਚਲਦੇ ਫਿਰੋਜ਼ਪੁਰ ਮੱਲਾਵਾਲਾ ਰੋਡ 'ਤੇ ਇੱਕ ਵੱਡੇ ਟਰਾਲੇ ਨੇ ਮੋਟਰਸਾਈਕਲ ਸਵਾਰ 2 ਸਗੇ ਭਰਾਵਾਂ ਨੂੰ ਕੁਚਲ ਦਿੱਤਾ, ਜਿਸ ਤੋਂ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਸਨੀ ਵੱਡਾ ਸੀ ਅਤੇ ਛੋਟੇ ਨੂੰ ਜੀ ਸੁਰਿੰਦਰ ਨੂੰ ਪੇਪਰ ਪਾਉਣ ਵਾਸਤੇ ਜਾ ਰਿਹਾ ਸੀ ਅਤੇ ਰਾਹ 'ਚ ਐਕਸੀਡੈਂਟ ਹੋ ਗਿਆ। ਇਹ ਦੋਨੋਂ ਸਕੇ ਭਰਾ ਸੀ? ਸਕੇ ਭਰਾ ਸੀ। ਕੀ ਹੋਇਆ ਦੋਨਾਂ ਨਾਲ? ਐਕਸੀਡੈਂਟ ਹੋ ਗਿਆ ਰਸਤੇ ਦੇ ਵਿੱਚ, ਪਤਾ ਹੀ ਨਹੀਂ ਲੱਗਾ। ਅੱਜ ਇੱਦਾਂ ਜੀ ਧੁੰਦ ਬਹੁਤ ਪਈ ਆ ਅਤੇ ਬੱਚੇ ਜਿਹੜੇ ਆ ਇਹ ਮੋਟਰਸਾਈਕਲ 'ਤੇ ਆਪਦੇ ਨਾ ਰੋਜ਼ ਦੀ ਤਰ੍ਹਾਂ ਕੰਮ ਕਰਨ ਵਾਸਤੇ ਆ ਰਹੇ ਸੀ। ਧੁੰਦ ਵਿੱਚ ਅੱਗੋਂ ਕੋਈ ਪਤਾ ਨਹੀਂ ਲੱਗਾ ਕਿਹੜੀ ਚੀਜ਼ ਇਹਨਾਂ ਨੂੰ ਮਾਰ ਕੇ ਛੁੱਟ ਗਈ ਆ। ਜਦੋਂ ਉੱਥੇ ਪਹੁੰਚੇ ਪਤਾ ਲੱਗਾ ਵੀ ਮੁੰਡੇ ਚੌਂਕੀਦਾਰ ਸੁਧਾਰੇ ਦਾ ਜਗਤਾਰ ਸਿੰਘ, ਉਹਦੇ ਦੋਵੇਂ ਬੇਟੇ ਆ, ਇੱਕ ਨਾ ਸਰੀ ਅਤੇ ਇੱਕ ਨਾ ਜੱਜ, ਜਿਨ੍ਹਾਂ ਦੀ ਮੌਕੇ 'ਤੇ ਲਾਹੌਰ ਕਰਕੇ ਮੌਤ ਹੋ ਗਈ, ਜਿਨ੍ਹਾਂ ਦਾ ਅਸੀਂ ਫੌਰੀ ਉੱਥੇ ਹੋਸਪਿਟਲ ਪਹੁੰਚਾ ਲਿਆ ਗਿਆ, ਬਾਕੀ ਕਾਰਵਾਈ ਕਰ ਰਹੇ। ਫਿਰੋਜ਼ਪੁਰ ਤੋਂ ਰਤਨ ਲਾਲ ਦੀ ਰਿਪੋਰਟ, ਚੈਨਲ 2।